बैठ लिया, बैठ लिया, बैठ लिया। ਕਿਹੜੇ ਬੰਦੇ ਨੇ ਗਾਲਾਂ ਕੱਢੀਆਂ ਸਪਲਾਈ ਦਾ ਮੇਰੇ ਨਹੀਂ ਕੋਈ ਸ਼ੌਂਕ ਗਾਲਾਂ ਕਿੱਥੇ ਕੱਢੀਆਂ ਗਾਲਾਂ ਨਹੀਂ ਸੀ ਉਹ ਕਹਿੰਦਾ ਇਹਨਾਂ ਪਾਣੀ ਦਾ ਬਿੱਲ ਨਹੀਂ ਦੇਣਾ ਜਿਹੜਾ ਆ ਗਿਆ ਨਾ ਚੈੱਕ ਦਾ ਅੱਛਾ ਹਰ ਕੋਈ ਗੰਦਾ ਪਾਣੀ ਪਿਲਾਈ ਜਾਂਦੇ ਸਾਲ ਹੋ ਗਏ ਟੈਂਕੀ ਸਾਫ਼ ਨਹੀਂ ਕੀਤੀ ਪਰ 100 ਰੁਪਇਆ ਬਿੱਲ ਲਈ ਜਾਂਦੇ ਹਰ ਕੋਈ ਤਾਂ ਆਪਣੀ ਮਰਜ਼ੀ ਦਾ ਮਾਲਕ ਬਣਿਆ ਟੈਂਕੀ ਸਾਫ਼ ਹੁੰਦੀ ਸੀ ਪਿੰਡ ਜੇ ਬਕਾਇਦਾ ਐਲਾਨ ਹੁੰਦਾ ਸੀ ਕੋਈ ਪਾਣੀ ਨਾ ਭਰੇ ਕਦੀ ਐਲਾਨ ਹੋਇਆ ਉਹ ਤਾਂ ਕਹਿੰਦੇ ਉਹਨਾਂ ਪੁੱਛਿਆ